ਨਾਲ ਸਾਡਾ ਡਿਸਕੰਫਰਟ ਐਸ ਹੱਦ ਤੱਕ ਵੱਧ ਗਿਆ ਕਿ ਉੱਥੇ ਰਹਿਣਾ ਜਿਹੜਾ ਬਾਹਲੇ ਲੋਕਾਂ ਨੂੰ ਮਨਜ਼ੂਰ ਨਹੀਂਗਾ ਭਾਵੇਂ ਕਿ ਉਹਨਾਂ ਦੀ ਆਪ ਦੀ ਨਿੱਜੀ ਜ਼ਿੰਦਗੀ ਜਿੰਨੀ ਮਰਜ਼ੀ ਕੰਫਰਟੇਬਲ ਹੋਵੇ ਸੋ ਇਹਦੇ ਪਿੱਛੇ ਵੀ ਜਿਹੜੀ ਆ ਕਲਚਰਲ ਚੇਂਜ ਆਈ ਆ ਉਹ ਉਹ ਹੈ ਹੁਣ ਜਿਹੜੀ ਇੱਥੋਂ ਤੱਕ ਤਾਂ ਆਪਾਂ ਜਿਹੜੀ ਗੱਲ ਆਇਡੈਂਟੀਫਾਈ ਕੀਤੀ ਐ ਸੌਖੀ ਐ ਪਰ ਜਿਹੜੀ ਔਖੀ ਗੱਲ ਆ ਉਹ ਇਹ ਹੈ ਵੀ ਇੱਕ ਉਹ ਗਲੋਬਲ ਕੰਸੈਂਸਸ ਬਣਿਆ ਹੋਇਆ ਕਈ ਗੱਲਾਂ ਤੇ ਉਸ ਕੰਸੈਂਸਸ ਨਾਲ ਲੜਨਾ ਤੇ ਉਹਨੂੰ ਤੋੜਨਾ ਜਿਹੜਾ ਉਹ ਬਹੁਤ ਜ਼ਿਆਦਾ ਵਿਖਮ ਕੰਮ ਆ ਖਾਸ ਕਰਕੇ ਜਿਹੜੀ ਸਿੱਖਾਂ ਵਰਗੀ ਛੋਟੀ ਕਮਿਊਨਿਟੀ ਆ ਉਹਦੇ ਵਾਸਤੇ ਵੈਸੇ ਤਾਂ ਉਹਦੇ ਥੋੜੇ ਥੋੜੇ ਟ੍ਰੈਂਡ ਆ ਜਿਹੜੇ ਉਹ ਸ਼ੁਰੂ ਹੋ ਗਏ ਉਹਦੇ ਤੋਂ ਭਾਵ ਕੀ ਆ ਉਹਦੇ ਤੋਂ ਭਾਵ ਇਹ ਆ ਵੀ ਜਿਹੜੀ ਮਾਡਰਨ ਲਿਬਰਲ ਡੈਮੋਕ੍ਰੇਸੀ ਆ ਉਹਦੇ ਵਿੱਚ ਇੱਕ ਬੰਦਾ ਇੱਕ ਯੂਨਿਟ ਹੈ ਇੱਕ ਇੰਡੀਵਿਜੂਅਲ ਇੱਕ ਯੂਨਿਟ ਹੈ ਤੇ ਜਿਹੜਾ ਸਿਸਟਮ ਹੈ ਉਹਨੇ ਉਹਨੂੰ ਹਰ ਸੇਫਟੀ ਪ੍ਰੋਵਾਈਡ ਕਰਨੀ ਹੈ ਤਾਂ ਕਿ ਉਹ ਇੱਕ ਇੰਡੀਵਿਜੂਅਲ ਆਪ ਦੀ ਡਿਜ਼ਾਇਰ ਪੂਰੀ ਕਰ ਸਕੇ ਜਿਵੇਂ ਉਹਦਾ ਜੀ ਕਰਦਾ ਉਵੇਂ ਕਰ ਸਕੇ ਤੇ ਉਹ ਸਿਸਟਮ ਉਹਨੂੰ ਦਿੰਦਾ ਵੀ ਹੈ ਸੇਫਟੀ ਤੇ ਫਰੀडम ਹੁਣ ਉਹਦੇ ਚ ਅਸੂਲੀ ਤੌਰ ਤੇ ਤਾਂ ਕੁਝ ਵੀ ਗਲਤ ਨਹੀਂਗਾ ਇਹ ਗੱਲ ਠੀਕ ਹੈ ਵੀ ਹਰ ਕੋਈ ਬੰਦਾ ਜਿਹੜਾ ਉਹ ਜਿਵੇਂ ਉਹਦਾ ਜੀ ਕਰਦਾ ਉਹਨੂੰ ਕਰਨਾ ਚਾਹੀਦਾ ਤੇ ਉਹਦੇ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਉਹਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਜਿਵੇਂ ਵੀ ਕਿਸੇ ਦਾ ਜੀ ਕਰਦਾ ਉਹ ਵੀ ਕਰੇ ਹੁਣ ਉੱਪਰੋਂ ਵੇਖਣ ਨੂੰ ਤਾਂ ਇਹ ਗੱਲ ਐਂ ਲੱਗਦੀ ਹੈ ਪਰ ਅਸਲ ਦੇ ਵਿੱਚ ਇਹ ਗੱਲ ਕਰਦੀ ਕੀ ਹੈ ਅਸਲ ਦੇ ਵਿੱਚ ਇਹ ਗੱਲ ਜਿਹੜੀ ਸੋਸਾਇਟੀ ਦਾ ਸਾਰੀ ਸਾਰਾ ਆਧਾਰ ਅੜੜਾ ਲੋਕਾਂ ਦੇ ਆਪਸੀ ਰਿਸ਼ਤੇ ਨਾਤੇ ਅੜੜੇ ਜਿਹੜੀ ਕਿਸੇ ਇੱਕ ਅਨੀਮਲ ਇਨਸਟਿੰਕਟ ਤੋਂ ਉੱਤੇ ਉੱਠ ਕੇ ਬੰਦੇ ਨੇ ਜਿਹੜਾ ਕੁਝ ਕਲਚਰ ਦੇ ਰੂਪ ਦੇ ਵਿੱਚ ਪੈਦਾ ਕੀਤਾ ਪਿਛਲੀਆਂ ਬਹੁਤ ਸਦੀਆਂ ਦੇ ਵਿੱਚ ਉਹ ਸਾਰੇ ਕਿਸੇ ਤੇ ਸੱਟ ਮਾਰਦੀ ਹੈ ਤੇ ਬੰਦੇ ਨੂੰ ਐਜ਼ ਇੰਡੀਵਿਜੂਅਲ ਯੂਨਿਟ ਜਿਵੇਂ ਜੰਗਲ ਦੇ ਵਿੱਚ ਇੱਕ ਜਾਨਵਰ ਫਿਰਦੇ ਆ ਉਹਨਾਂ ਦੇ ਵੀ ਚਲੋ ਟੋਲੇ ਹੁੰਦੇ ਆ ਬਹੁਤੀ ਵਰੀ ਪਰ ਉਹ ਟੋਲੇ ਆੜੇ ਉਹ ਉਹਨਾਂ ਦੇ ਵਿੱਚ ਉਹ ਸੈਂਸ ਨਹੀਂ ਹੁੰਦੀ ਜਿਹੜੀ ਮਨੁੱਖਾਂ ਦੇ ਵਿੱਚ ਹੁੰਦੀ ਹੈ ਸੋ ਉਹਦਾ ਸਾਰੇ ਦਾ ਸਾਰਾ ਇਸ ਚੀਜ਼ ਨੇ ਆਧਾਰ ਹੀ ਖੋਰਤਾ ਸੋ ਹੁਣ ਉਹਦੇ ਚੋਂ ਹੋਇਆ ਕੀ ਵੀ ਜਿਹੜੀਆਂ ਨਾਨ ਵਾਈਟ ਕਮਿਊਨिटीज ਆ ਦੁਨੀਆ ਭਰ ਦੀਆਂ ਭਾਵੇਂ ਉਹ ਕਾਲੇ ਹੋਣ ਮੁਸਲਮਾਨ ਹੋਣ ਜਾਂ ਹੋਰ ਕਿਸੇ ਇਲਾਕੇ ਦੇ ਹੋਣ ਉਹ ਲਗਭਗ ਜਾਂ ਆਪਣੇ ਜੀ ਇੰਡੀਜਨਸ ਕਮਿਊਨਿਟੀ ਆ ਇੱਥੇ ਉਹ ਸਾਰੇ ਹੀ ਇਸ ਗੱਲ ਨਾਲ ਜੂਝ ਰਹੇ ਆ ਵੀ ਜੇ ਅਸੀਂ ਇਹ ਕਲਚਰਲ ਐਟੀਟਿਊਡ ਆੜਾ ਇਹਨੂੰ ਪੂਰਾ ਇੰਟਰਨਲਾਈਜ਼ ਕਰ ਲਿਆ ਫਿਰ ਸਾਡੀ ਵੱਖਰੀ ਹੋਣ ਦਾ ਕੋਈ ਰਾਹ ਨਹੀਂ ਰਹਿ ਗਿਆ ਸੋ ਇਹਦੇ ਨਾਲ ਸਾਨੂੰ ਇਹ ਐਹੋਜੀ ਚੀਜ਼ ਹੈ ਵੀ ਇਹਦੇ ਨਾਲ ਅਸੀਂ ਸਿੱਧਾ ਨਹੀਂ ਲੜ ਸਕਦੇ ਪਰ ਇਹਦੇ ਨਾਲ ਲੜਨ ਦਾ ਇੱਕ ਤਰੀਕਾ ਹੈ ਕਿ ਇਹਦਾ ਕੋਈ ਇਹਦਾ ਬਦਲਵਾ ਰੂਪ ਜਿਹੜਾ ਨਾਲ ਦੀ ਨਾਲ ਪੈਦਾ ਕਰੀਏ ਤੇ ਇਹਦੇ ਵਿਧੇ ਨਹੀਂ ਕੋਈ ਆਪਦੀ ਐਹੋਜੀ ਸਪੇਸ ਬਣਾਈਏ ਜਿਹਦੇ ਵਿੱਚ ਸਾਡੀ ਕੌਮ ਦੀ ਆਪਦੀ ਵੱਖਰਤਾ ਹਰੇਕ ਕੌਮ ਦੀ ਆ ਜਿਹੜੀ ਉਹ ਜਿਉਂਦੀ ਰਹਿ ਸਕੇ ਹੁਣ ਇਹ ਟਾਸਕਰੜਾ ਜਿਹੜੀ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਹੋਂ ਦੀ ਲੜਾਈ ਦੀ ਮੇਰੇ ਖਿਆਲ ਦੇ ਵਿੱਚ ਇਹ ਟਾਸਕਰੜਾ ਇਹ ਉਹਦੀ ਉਹਦਾ ਬਹੁਤ ਜ਼ਿਆਦਾ ਅਹਿਮ ਹਿੱਸਾ ਹੈ ਤੇ ਜਿਉਂ ਦੀ ਕੌਮ ਰੜੀ ਉਹ ਉਹੀ ਰਹੂਗੀ ਜਾਂ ਤਾਂ ਜਿਹਦੇ ਕੋਲੇ ਪੋਲਿਟੀਕਲ ਪਾਵਰ ਹੈ ਤੇ ਉਹਨੇ ਉਸ ਪੋਲਿਟੀਕਲ ਪਾਵਰ ਦੇ ਜ਼ੋਰ ਤੇ ਆਪਦੀ ਸਪੇਸ ਰੜੀ ਉਹ ਬਰਕਰਾਰ ਰੱਖੀ ਵੀ ਹੈ ਤੇ ਜਾਂ ਫਿਰ ਜਿਉਂ ਦੀ ਕੌਮ ਉਹ ਰਹੂਗੀ ਜਿਹੜੀ ਕੋਈ ਨਵੇਂ ਕ੍ਰੀਏਟਿਵ ਤਰੀਕੇ ਵਰਤ ਕੇ ਜਿੱਥੇ ਜਿੱਥੇ ਵੀ ਉਹ ਦੁਨੀਆ ਦੇ ਵਿੱਚ ਖਿਲਰੀ ਵੀ ਆ ਜਿਵੇਂ ਆਪਾਂ ਉੱਥੇ ਉੱਥੇ ਹੀ ਉਹੋ ਜੀ ਸਪੇਸ ਹੈ ਜਿਹੜੀ ਉਹ ਬਣਾ ਲਵੇ ਪੈਦਾ ਕਰ ਲਵੇ ਸੋ ਇਹ ਸਿੱਖਾਂ ਵਾਸਤੇ ਜਿਹੜੀ ਮਾਡਰਨ ਅਮ ਮਾਡਰਨ ਲਾਈਫ ਦਾ ਕ੍ਰਾਈਸਿਸ ਹੈੜਾ ਉਹਦੇ ਵਿੱਚ ਸਿੱਖਾਂ ਵਾਸਤੇ ਸਭ ਤੋਂ ਵੱਡਾ ਕੁਐਸਚਨ ਹੈੜਾ ਉਹ ਇਹੇ ਖੜਾ ਹੁਣ ਇਹਦੇ ਵਿੱਚ ਪ੍ਰੋਬਲਮ ਕਿਹੜੀ ਹੈ ਸਭ ਤੋਂ ਵੱਡੀ ਇਹ ਹੋ ਕਿਉਂ ਨਹੀਂ ਰਿਹਾਗਾ ਕਾਹਤੋਂ ਆਪਾਂ ਨੂੰ ਇੰਨੀਆਂ ਪ੍ਰੋਬਲਮਸ ਆ ਰਹੀਆਂ ਉਹਦੇ ਵਿੱਚ ਪ੍ਰੋਬਲਮ ਇਹ ਹੈ ਵੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਇੱਕ ਦੋ ਤਰ੍ਹਾਂ ਬਣੀਆਂ ਹੋਈਆਂ ਨਾ ਵੀ ਲੈਫਟ ਹੈਂਡ ਰਾਈਟ ਵੀ ਲੈਫਟੜਾ ਉਹ ਮੋਸਟਲੀ ਜਿਹੜੀ ਇੰਡੀਵਿਜੂਅਲ ਫਰੀडम ਤੇ ਫੋਕਸ ਆਦਾ ਜਿਹੜਾ ਸਾਰਾ ਤੇ ਜਿਹੜਾ ਰਾਈਟ ਹੈ ਉਹਦੀ ਕਿਸੇ ਨਾ ਕਿਸੇ ਕਿਸਮ ਦੀ ਅ ਤੁਸੀਂ ਕਹਿ ਲਓ ਰੈਸ਼ੀਅਲ ਬਿਲੋਂਗਿੰਗ ਤੇ ਹੈ iracial belonging ਤੋਂ ਭਾਵ ਵੀ ਜਿਵੇਂ ਜਿਹੜਾ ਇੱਥੇ ਵਾਈਟ ਜਿਹੜੇ ਸੁਪਰੀਮਿਸਟ ਗਰੁੱਪ ਆ ਉਹ ਉਹਨਾਂ ਦਾ ਬਿਲੋਂਗਿੰਗ ਦਾ ਆਧਾਰੜ ਉਹ ਰੇਸ ਹੈ ਕਿ ਅਸੀਂ ਆ ਨਸਲ ਦੇ ਬੰਦੇ ਆ ਇਸ ਕਰਕੇ ਅਸੀਂ ਸਾਡਾ ਵੱਖਰਾ ਸਟਾਈਲ ਚਾਹੀਦਾ ਆਪਣੇ ਜਿਹੜਾ ਉਹ ਇਹਨਾਂ ਦੋਵਾਂ ਚੀਜ਼ਾਂ ਤੋਂ ਹਟ ਕੇ ਆ ਆਪਣੀ ਜਿਹੜੀ ਬਿਲੋਂਗਿੰਗ ਆ ਉਹ ਰੇਸ਼ੀਅਲ ਨਹੀਂਗੀ ਕਿਉਂਕਿ ਸੇਖੜੜੇ ਉਹਨਾਂ ਦੀ ਕੋਈ ਇੱਕ ਰੇਸ ਤਾਂ ਹੈ ਨਹੀਂਗੀ ਉਦੋਂ ਵੱਖੋ-ਵੱਖਰੀਆਂ ਆਕਾਸ਼ ਸਵਤਕੋ ਕਰੀਆਂ ਰੇਸਿਸ ਵੱਖੋ-ਵੱਖਰੇ ਸਾਰੇ ਇਹ ਬੰਦੇ ਸਿੱਖੀ ਦੇ ਵਿੱਚ ਜਿਹੜੇ ਆਏ ਵੇ ਉਹਨਾਂ ਦੀ ਸਾਂਝ ਹੈ ਜਿਹੜੀ ਉਹ ਸ਼ਬਦ ਦੀ ਆ ਨਾ ਕਿ ਬਲੱਡ ਦੀ ਸੋ ਸਾਂਝ ਹੈ ਜਿਹੜੀ ਆਪਣੀ ਬੋਲੀ ਦੀ ਜੇ ਧਰਮ ਦੀ ਸਾਂਝ ਹੈ ਜਿਹਦੇ ਚ ਕਿ ਜੇ ਕੋਈ ਅਫਰੀਕਾ ਦਾ ਕਾਲਾ ਵੀ ਸਿੱਖ ਬਣ ਜੇਵੇ ਕੋਈ ਗੋਰਾ ਵੀ ਸਿੱਖ ਬਣ ਜੇਵੇ ਕੋਈ ਚੀਨਾ ਸਿੱਖ ਬਣ ਜੇਵੇ ਸੋ ਉਹਦੀ ਵੀ ਥਾਂ ਜਿਹੜੀ ਉਹਦੇ ਚ ਉਹੀ ਹੋਊਗੀ ਨਾ ਕਿ ਉਹਦੀ ਥਾਂ ਜਿਹੜੀ ਵੱਖਰੀ ਹੋਊਗੀ ਤੋ ਇਸ ਕਰਕੇ ਆਪਣੇ ਆਸਤੇ ਜਿਹੜਾ ਉਹ ਪ੍ਰੋਜੈਕਟ ਬਿਲਕੁਲ ਵੱਖਰਾ ਜਿਹੜਾ ਰਾਈਟ ਵਿੰਗ ਵੈਸਟ ਦੇ ਵਿੱਚ ਰਾਈਟ ਵਿੰਗ ਜਿਹੜਾ ਉਹਨਾਂ ਤੋਂ ਇਸੇ ਕਰਕੇ ਹੀ ਆਪਣੀ ਕਮਿਊਨਿਟੀ ਦਾ ਜਿਹੜਾ ਮਾਡਰਨਿਟੀ ਦਾ ਕ੍ਰਿਟਿਕ ਹੈ ਉਹ ਵੀ ਵੱਖਰਾ ਉਹ ਵੀ ਉਹ ਰਾਈਟ ਵਿੰਗ ਵਾਲਾ ਕ੍ਰਿਟਿਕ ਹੈ